ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਸਾਡਾ ਅੱਜ ਦਾ ਵਿਸ਼ਾ ਹੈ ਹਾਸਰਸ। ਹਾਸਰਸ ਨੂੰ ਸਮਝਣ ਤੋਂ ਪਹਿਲਾਂ ਅਸੀਂ ਤੁਹਾਨੂੰ ਕੁਝ ਤਸਵੀਰਾਂ ਦਿਖਾਵਾਂਗੇ। ਸੋ ਇਹ ਜਿਹੜੀ ਪਹਿਲੀ ਤਸਵੀਰ ਹੈ, ਛੋਟੀ ਜਿਹੀ ਬੱਚੀ ਦੀ ਤਸਵੀਰ ਹੈ ਔਰ ਉਹਦੇ ਦੇ ਚਿਹਰੇ 'ਤੇ ਇੱਕ ਮੁਸਕਰਾਹਟ ਹੈ। ਇਸੇ ਤਰ੍ਹਾਂ ਹੀ ਸਾਡੇ ਕੋਲ ਦੂਸਰੀ ਤਸਵੀਰ ਹੈ, ਥੋੜ੍ਹਾ ਗਹਿਰਾਈ ਦੇ ਨਾਲ ਤੁਸੀਂ ਜਦੋਂ ਦੇਖਦੇ ਹੋ ਤਾਂ ਮੁਸਕਰਾਹਟ ਤੋਂ ਅੱਗੇ ਹਾਸਾ ਹੈ, ਖੇੜਾ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਤੀਸਰੀ ਤਸਵੀਰ ਦੇਖਦੇ ਹਾਂ ਜਾਂ ਤਸਵੀਰਾਂ ਦਾ ਸਮੂਹ ਦੇਖਦੇ ਹਾਂ ਤਾਂ ਉਹਦੇ ਵਿੱਚ ਹਾਸੇ ਤੋਂ ਜਿਹੜਾ ਅਗਲਾ ਪੜਾਅ ਹੈ ਉਹ ਹਾਸੇ ਦਾ ਖੁੱਲ੍ਹਾ ਪ੍ਰਗਟਾਵਾ ਹੈ, ਜਿਹਨੂੰ ਕਹਿੰਦੇ ਅਸੀਂ ਖਿੜ ਕੇ ਹੱਸਣਾ। ਸੋ ਜਿਸ ਹਾਸਰਸ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਸੰਬੰਧ ਵੀ ਹਾਸੇ ਦੇ ਨਾਲ। ਕਹਿਣ ਦਾ ਭਾਵ ਇਹ ਕਿ ਹਾਸਰਸ ਦਾ ਸਥਾਈ ਭਾਵ ਹਾਸਾ ਹੈ। ਇਸ ਦਾ ਅਰਥ ਇਹ ਹੈ ਕਿ ਕੋਈ ਰਚਨਾ, ਚਾਹੇ ਉਹ ਨਾਟਕ ਹੈ, ਚਾਹੇ ਉਹ ਫਿਲਮ ਹੈ, ਚਾਹੇ ਉਹ ਕਵਿਤਾ ਹੈ, ਚਾਹੇ ਸਾਹਿਤ ਦਾ ਕੋਈ ਵੀ ਰੂਪ ਹੈ, ਉਹ ਜਦੋਂ ਸਾਡੇ ਅੰਦਰ ਚਿਰ ਸਥਾਈ ਰੂਪ ਦੇ ਵਿੱਚ ਟਿਕਿਆ ਪਿਆ ਹਾਸੇ ਦਾ ਭਾਵ ਜਗਾਉਣ ਦਾ ਕਾਰਜ ਕਰਦੀ ਹੈ ਤਾਂ ਉਹਦੇ ਨਾਲ ਪਾਠਕ, ਸਰੋਤੇ ਜਾਂ ਦਰਸ਼ਕ ਦੇ ਮਨ ਦੇ ਵਿੱਚ ਹਾਸਰਸ ਉਤਪੰਨ ਹੁੰਦਾ। ਜਿਵੇਂ ਜਦੋਂ ਹਾਸਰਸ ਉਤਪੰਨ ਹੁੰਦਾ ਤਾਂ ਸਾਡਾ ਮਨ ਅਤੇ ਸਰੀਰ ਦੀ ਅਵਸਥਾ ਕਿੱਦਾਂ ਦੀ ਹੁੰਦੀ ਹੈ, ਉਹਦੇ ਵਿੱਚ ਖਿੜ ਖੜਾ ਕੇ ਅਸੀਂ ਹੱਸਦੇ ਵੀ ਹਾਂ, ਚਾਹੇ ਮੁਸਕਰਾਹਟ ਹੁੰਦੀ ਹੈ, ਚਾਹੇ ਹਾਸੇ ਦਾ ਇੱਕ ਸਟੈਪ ਅੱਗੇ ਹੋਰ ਹੁੰਦਾ ਹੈ, ਅਸੀਂ ਖਿੜ ਕੇ ਵੀ ਹੱਸਦੇ ਹਾਂ, ਬੁੱਲ ਖੋਲ੍ਹ ਕੇ ਵੀ ਹੱਸਦੇ ਹਾਂ ਅਤੇ ਮੁਸਕਰਾਉਂਦੇ ਵੀ ਹਾਂ। ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਹਾਸਰਸ ਦਾ ਸਥਾਈ ਭਾਵ ਹਾਸਾ ਹੈ। ਹਾਸੇ ਤੋਂ ਬਿਨਾਂ ਹਾਸਰਸ ਪੈਦਾ ਨਹੀਂ ਹੋ ਸਕਦਾ। ਤੋ ਅੱਗੇ ਬਹੁਤ ਸਾਰੀਆਂ ਪੰਜਾਬੀ ਭਾਸ਼ਾ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਜਗਤ ਦੇ ਵਿੱਚ ਬਹੁਤ ਸਾਰੀਆਂ ਹਾਸਰਸੀ ਰਚਨਾਵਾਂ ਨੇ ਔਰ ਮੁੱਖ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਚੁਟਕਲੇ ਹਨ, ਕਮੇਡੀ ਫਿਲਮਾਂ ਹਨ, ਭੰਨਾ ਦੀ ਪੇਸ਼ਕਾਰੀ ਹੈ, ਕਮੇਡੀ ਸ਼ੋਅ ਹੈ ਔਰ ਹਾਸਰਸੀ ਸਾਹਿਤ ਹੈ। ਔਰ ਇੱਕ ਦੋ ਉਦਾਹਰਨਾਂ ਹਾਸਰਸੀ ਸਾਹਿਤ ਦੀਆਂ, ਚਰਨ ਸਿੰਘ ਸ਼ਹੀਦ ਦੀ ਕਵਿਤਾ ਬਾਦਸ਼ਾਹੀਆਂ, ਰਾਂਝੇ ਦਾ ਮੈਮੋਰੈਂਡਮ ਗੁਰਨਾਮ ਸਿੰਘ ਧੀਰ ਦਾ ਕਾਵਿ ਸੰਗ੍ਰਹਿ। ਤੋ ਇਹ ਜਿਹੜੀਆਂ ਹਾਸਰਸੀ ਰਚਨਾਵਾਂ ਹੁੰਦੀਆਂ ਨੇ ਇਹ ਵਿਅਕਤੀ ਦੇ, ਪਾਠਕ ਦੇ, ਸਰੋਤੇ ਦੇ, ਦਰਸ਼ਕ ਦੇ ਸੁੱਤੇ ਹੋਏ ਹਾਸੇ ਦੇ ਭਾਵ ਨੂੰ ਜਗਾਉਂਦੀਆਂ ਨੇ ਅਤੇ ਹਾਸਰਸ ਪੈਦਾ ਕਰਦੀਆਂ ਨੇ। ਤੁਸੀਂ ਮਿਸਾਲ ਦੇ ਵਜੋਂ ਇੱਕ ਚੁਟਕਲਾ ਸੁਣ ਸਕਦੇ ਹੋ, ਦੇਖ ਸਕਦੇ ਹੋ। ਕਹਿੰਦੇ ਬਸ ਗਾਜਰ ਜਾਂ ਮੂਲੀ, ਉਹ ਕਹਿਣ ਲੱਗੇ ਵੀ ਗਾਜਰ ਜਾਂ ਮੂਲੀ ਖਾਣੀ ਹੈ ਪਰ ਭਾਅ ਤੇਰਾ ਵਧੀ ਜਾਂਦਾ। ਉਹ ਕਹਿੰਦੀ ਇਹ ਗਾਜਰ ਦਾ ਹਲਵਾ ਤੇ ਮੂਲੀ ਦੇ ਪਰੌਂਠੇ। ਸੋ ਤੁਸੀਂ ਦੇਖਦੇ ਕੀ ਹੋ ਕਿ ਗੱਲ ਵਜ਼ਨ ਘਟਾਉਣ ਦੀ ਹੋ ਰਹੀ ਹੈ, ਘੱਟ ਖੁਰਾਕ ਕਰਨ ਦੀ ਹੋ ਰਹੀ ਹੈ ਅਤੇ ਦੂਸਰੇ ਪਾਸੇ ਮੂਲੀ ਦੇ ਪਰੌਂਠੇ ਖਾਣੇ, ਗਾਜਰ ਦਾ ਹਲਵਾ ਖਾਣਾ। ਸੋ ਇਹ ਆਪਸ 'ਚ ਮੇਲ ਨਹੀਂ ਖਾਂਦੇ ਵੇਰਵੇ। ਸੋ ਇਹ ਇੱਕ ਬੜੀ ਹਸਾਉਣੀ ਵਾਰਤਾ ਹੈ ਜਿਹਦੇ ਨਾਲ ਜਦੋਂ ਸੁੱਤਾ ਹੋਇਆ ਹਾਸੇ ਦਾ ਭਾਵ ਜਾਗਦਾ ਅਤੇ ਹਾਸਰਸ ਪੈਦਾ ਹੁੰਦਾ ਰਚਨਾ ਦੇ ਵਿੱਚੋਂ। ਇਸੇ ਤਰ੍ਹਾਂ ਹੀ ਸਾਡੇ ਕੋਲ ਹਾਸੇ ਦੇ ਭਾਵ ਨੂੰ ਜਗਾਉਣ ਦੇ ਵਿੱਚ ਰਚਨਾ 'ਚ ਕਈ ਕਾਰਨ ਹੁੰਦੇ ਨੇ, ਜਿਵੇਂ ਅਜੀਬ ਜੀ ਪੇਸ਼ਕਾਰੀ ਕਰਨੀ ਜਾਂ ਅਜਨਬੀ ਕਿਸਮ ਦੇ ਦ੍ਰਿਸ਼ਾਂ ਦੀ ਪੇਸ਼ਕਾਰੀ ਕਰਨੀ, ਅਜੋੜ ਬੇਤੁਕੇ ਜਾਂ ਉਲਟੇ ਪੁਲਟੇ, ਟੇਢੇ ਮੇਢੇ ਜਾਂ ਹਸਾਉਣੇ ਦ੍ਰਿਸ਼ ਦਿਖਾਉਣੇ ਜਾਂ ਹਸਾਉਣੀ ਪੇਸ਼ਕਾਰੀ ਜਾਂ ਕੋਈ ਵਾਰਤਾਲਾਪ ਪੇਸ਼ ਕਰਨੀ, ਉਹ ਜਦੋਂ ਅਸੀਂ ਉਹਨੂੰ ਪੜ੍ਹਦੇ ਹਾਂ, ਸੁਣਦੇ ਹਾਂ ਜਾਂ ਕਿਸੇ ਫਿਲਮ ਦੇ ਵਿੱਚ, ਨਾਟਕ ਦੇ ਵਿੱਚ ਦੇਖਦੇ ਹਾਂ, ਉਹਦੇ ਨਾਲ ਜਿਹੜਾ ਪਾਠਕ ਹੈ, ਸਰੋਤਾ, ਦਰਸ਼ਕ ਹੈ, ਉਹਦਾ ਉਹ ਸੁੱਤਾ ਭਾਵ ਜਾਗਦਾ। ਤੁਸੀਂ ਮਿਸਾਲ ਦੇ ਰੂਪ ਦੇ ਵਿੱਚ ਆਪਣੇ ਕੋਲ ਭੰਨਾ ਦੀ ਇੱਕ ਪੇਸ਼ਕਾਰੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਹਾਸਾ ਜਿਹੜਾ ਹੈ ਇਹ ਭੰਨਾ ਦੇ ਰਾਹੀਂ, ਉਹਨਾਂ ਦੀ ਆਪਸੀ ਤਿੱਖੀ ਵਾਰਤਾਲਾਪ ਰਾਹੀਂ ਹਾਸਾ ਉਤਪੰਨ ਕਰਦਾ ਹੈ ਔਰ ਹਾਸਰਸ ਨੂੰ ਪੈਦਾ ਕਰਦਾ। ਅਸੀਂ ਦੇਖਣ ਗਏ ਸੀ, ਤੁਸੀਂ ਵੀ ਦੇਖਣ ਚਲੇ ਗਏ, ਅਸੀਂ ਦੇਖਣ ਚਲੇ ਗਏ। ਹੁਣ ਪੌਣਾ ਘੰਟਾ ਮੈਚ
ਤੇ ਕੁੜੀ ਸਾਨੂੰ ਦੋਹਾਂ ਜਣਾਂ ਨੂੰ ਕਮਰੇ 'ਚ ਤਾੜ ਦੇ ਦਿੱਤਾ। ਉਹ ਤਾੜਦੇ ਨਹੀਂ ਹੁੰਦੇ, ਉਹ ਗੱਲਬਾਤ ਕਰਨ ਵਾਸਤੇ ਕਮਰੇ 'ਚ ਬਿਠਾਉਂਦੇ ਆ। ਨਵੀਂ ਰੀਤ ਚੱਲੀ ਆ। ਅੱਛਾ ਅੱਛਾ, ਉਹ ਭਰਾਵਾ ਸਾਨੂੰ ਤਾਂ ਡੇਢ ਘੰਟਾ ਬਿਠਾਈ ਰੱਖਿਆ। ਹੱਲਾ ਫਿਰ ਉਹ ਨਾ ਸੰਗ ਦੀ ਵਿਚਾਰੀ ਉਹ ਬੋਲੀ ਨਾ ਮੈਂ ਬੋਲਿਆ। ਨਾ ਫਿਰ ਫਿਰ ਕੀ, ਡੇਢ ਘੰਟੇ ਬਾਅਦ ਸੰਗ ਦੀ ਉਹੀ ਬੋਲੀ। ਕੀ ਕਹਿੰਦੀ? ਕਹਿੰਦੀ ਵੀਰ ਜੀ ਤੁਸੀਂ ਕਿੰਨੇ ਭੈਣ ਭਾਈ ਹੋ। ਹੋਰ ਪਿੱਤੇ ਮੈਂ ਕਿਹਾ ਭੈਣੇ ਫਿਰ ਤਿੰਨ ਸੀ, ਤੇਰੇ ਸਣੇ ਚਾਰ ਹੋਵਾਂਗੇ। ਚੁੰਨੀ ਚੜਾ ਕੇ ਲਿਆ। ਹੋਰ ਪਿੱਤੇ ਨਹੀਂ, ਰੱਖੜੀ ਬੰਨ ਕੇ ਲਾਰਤੀ ਨਾ ਹੋਵੇ ਨਾ। ਮੈਂ ਸੁਣਿਆ ਸ਼ਾਇਦਾ ਦੇ ਖਾਨਦਾਨ ਚਾਹੀਏ ਸ਼ਾਇਰੀ ਕਰਦੀ ਹੈ। ਹੋ ਸ਼ਰ। ਸੋ ਇਹ ਜਿਹੜੀ ਭੰਨਾਂ ਦੀ ਪੇਸ਼ਕਾਰੀ ਹੈ, ਇਹਦੇ ਵਿੱਚੋਂ ਜਿਹੜੇ ਮਜ਼ਾਕੀਆ ਬੋਲ ਨੇ ਔਰ ਜਿਹੜੀ ਗੱਲ ਸੁਣਾਈ ਜਾ ਰਹੀ ਹੈ ਕੁੜੀ ਨੂੰ ਦੇਖਣ ਦੀ, ਔਰ ਉਹ ਜਿਹੜੀ ਮਾਸੂਮੀਅਤ ਹੈ ਔਰ ਹਸਾਉਣੇ ਗੱਲਬਾਤ ਪੇਸ਼ ਕਰਨ ਦਾ ਜਿਹੜਾ ਢੰਗ ਹੈ, ਉਹਦੇ ਨਾਲ ਕੀ ਹੈ ਕਿ ਇੱਕ ਹਾਸੇ ਦਾ ਭਾਵ ਸਾਡੇ ਅੰਦਰ ਜਾਗਦਾ, ਸਾਨੂੰ ਹਾਸਾ ਆਉਂਦਾ। ਔਰ ਜਿਹੜਾ ਤਾੜੀਆਂ ਮਾਰਦੇ ਹਾਂ, ਹੱਸਦੇ ਹਾਂ, ਖਿੜਖਿੜਾ ਕੇ ਅਸੀਂ ਖੁਸ਼ ਹੁੰਦੇ ਹਾਂ, ਇਹ ਅਸਲ 'ਚ ਅਨੁਭਵ ਨੇ ਜਿਹੜੇ ਹਾਸਰਸ ਪੈਦਾ ਹੋਣ ਤੋਂ ਬਾਅਦ ਮਨ ਜਾਂ ਸਰੀਰ ਦੇ ਵਿੱਚ ਇੱਕ ਤਬਦੀਲੀਆਂ ਆਉਂਦੀਆਂ ਨੇ, ਉਹ ਅਨੁਭਵ ਕਹਿਲਾਉਂਦੀਆਂ ਨੇ। ਸੋ ਇਸੇ ਤਰ੍ਹਾਂ ਹੀ ਇੱਕ ਫਿਲਮ, ਅਸੀਂ ਕਮੇਡੀ ਫਿਲਮ ਦੇ ਵਿੱਚ ਇੱਕ ਦ੍ਰਿਸ਼ ਤੁਹਾਨੂੰ ਦਿਖਾਵਾਂਗੇ, ਤੁਸੀਂ ਦੇਖੋ, ਉਹਦੇ ਵਿੱਚ ਇੱਕ ਸੁਰ ਹੋ ਕੇ ਤੁਸੀਂ ਜਦੋਂ ਦੇਖਦੇ ਹੋ ਤਾਂ ਤੁਹਾਨੂੰ ਮਹਿਸੂਸ ਹੋਏਗਾ ਕਿ ਇਹ ਹਾਸਰਸ ਜਿਹੜਾ ਇਹ ਪੈਦਾ ਕਿੱਦਾਂ ਹੁੰਦਾ, ਕਿਹੜੀਆਂ ਘਟਨਾਵਾਂ, ਕਿਹੜੇ ਦ੍ਰਿਸ਼ ਨੇ ਜਿਹੜੇ ਹਾਸਰਸ ਨੂੰ ਪੈਦਾ ਕਰਦੇ ਨੇ, ਔਰ ਉਸ ਤੋਂ ਬਾਅਦ ਹਾਸਰਸ ਜਦੋਂ ਪੈਦਾ ਹੁੰਦਾ ਹੈ ਤਾਂ ਉਹਦੇ ਨਾਲ ਅਨੁਭਵ ਕੀ ਹੈ, ਮਨ ਅਤੇ ਸਰੀਰ ਵਿੱਚ ਤਬਦੀਲੀਆਂ ਕੀ ਆਉਂਦੀਆਂ, ਅਸੀਂ ਖੁਸ਼ ਕਿਵੇਂ ਹੁੰਦੇ ਹਾਂ। ਸੋ ਇਹ ਤੁਸੀਂ ਦੇਖ ਸਕਦੇ ਹੋ। ਸੋ ਇਸ ਦ੍ਰਿਸ਼ ਦੇ ਵਿੱਚ ਤਿੰਨ ਅਦਾਕਾਰ ਨੇ। ਇੱਕ ਅਦਾਕਾਰ ਇਸ ਤਰੀਕੇ ਨਾਲ ਆਵਾਜ਼ ਮਾਰਦਾ ਕਿ ਜਿਵੇਂ ਬਹੁਤ ਕੋਈ ਜ਼ਰੂਰੀ ਸਲਾਹ ਲੈਣੀ ਹੋਵੇ, ਅਤੇ ਸਲਾਹ ਕੀ ਹੁੰਦੀ ਹੈ ਕਿ ਘਰ ਖਾਣ ਨੂੰ ਆਟਾ ਨਹੀਂ ਹੈਗਾ ਅਤੇ ਗੱਲ ਵੱਡੀਆਂ ਗੱਡੀਆਂ ਖਰੀਦਣ ਦੀ ਕਰਨੀ ਹੈ। ਸੋ ਇਹ ਆਪਸੀ ਜਿਹੜੀ ਬੇਜੋੜ ਗੱਲਬਾਤ ਹੈ ਉਹਦੇ ਵਿੱਚੋਂ ਹਾਸਾ ਉਤਪੰਨ ਹੁੰਦਾ, ਪੇਸ਼ਕਾਰੀ ਦਾ ਢੰਗ ਵੀ ਬੜਾ ਮਜ਼ਾਕੀ ਹੈ। ਸੋ ਇਹ ਹਸਾਉਣੇ ਜਿਹੜੇ ਦ੍ਰਿਸ਼ ਨੇ ਇਹ ਹਾਸੇ ਦੇ ਭਾਵ ਦੇ ਨਾਲ ਹੀ ਸੰਬੰਧਿਤ ਨੇ। ਇੱਕ ਕਵਿਤਾ ਤੁਹਾਨੂੰ ਹੋਰ ਸੁਣਾਉਂਦੇ ਹਾਂ, ਉਹ ਤੁਸੀਂ ਸੁਣਨੀ, ਉਹ ਸੁਣ ਕੇ ਇੱਕ ਰਚਨਾ ਦੇ ਵਿੱਚੋਂ ਹਾਸਰਸ ਕਿਵੇਂ ਪੈਦਾ ਹੁੰਦਾ ਹੈ ਉਹ ਤੁਸੀਂ ਮਹਿਸੂਸ ਕਰੋਗੇ, ਜਿਵੇਂ ਤੁਸੀਂ ਦੇਖ ਸਕਦੇ ਹੋ। ਸ਼ੌਹਰ ਕੀ ਫਰਿਆਦ ਔਰ ਬੇਗਮ ਕੀ ਇਲਤਜਾ, ਮੇਰੇ ਸਾਥ ਰਹੀਏ ਆਪਕੋ ਮਜ਼ਾ ਆਏਗਾ। ਕਦੀ ਤੇ ਪੇਕੇ ਜਾ ਨਹੀਂ ਬੇਗਮ, ਕਦੀ ਤੇ ਪੇਕੇ ਜਾ ਨਹੀਂ ਬੇਗਮ, ਆਵੇ ਸੁੱਖ ਦਾ ਸਾਹ ਨਹੀਂ ਬੇਗਮ। ਕਦੀ ਤੇ ਪੇਕੇ ਜਾ ਨਹੀਂ ਬੇਗਮ, ਆਵੇ ਸੁੱਖ ਦਾ ਸਾਹ ਨਹੀਂ ਬੇਗਮ। ਕੱਠਿਆਂ ਰਹਿ ਰਹਿ ਅੱਕ ਗਏ ਆ ਹੁਣ, ਲਾਗੇ ਬਹਿ ਗਏ ਥੱਕ ਗਏ ਆ ਹੁਣ, ਤੇ ਟੀਂਡਿਆਂ ਵਾਂਗੂ ਪੱਕ ਗਏ ਆ ਹੁਣ। ਤੁਸੀਂ ਦੇਖ ਰਹੇ ਹੋ ਕਿ ਹਾਜ਼ਰੀਨ ਬੜੇ ਤਾੜੀਆਂ ਮਾਰ ਮਾਰ ਕੇ ਹੱਸ ਰਹੇ ਨੇ। ਇਹ ਨੇ ਅਨੁਭਵ ਕਿ ਹਾਸਰਸ ਪੈਦਾ ਹੋਣ ਤੋਂ ਬਾਅਦ ਕਿਹੜੀਆਂ ਕਿਹੜੀਆਂ ਤਬਦੀਲੀਆਂ ਆਉਂਦੀਆਂ ਨੇ। ਸੋ ਬੀਵੀ ਨੂੰ ਪੇਕੇ ਭੇਜਣ ਦੀ ਉਲਟੀ ਵਾਰਤਾਲਾਪ ਹੈ। ਵਿਆਹੇ ਵਰੇ ਆਪਣੀ ਪਤਨੀ ਨੂੰ ਪੇਕੇ ਭੇਜ ਕੇ ਖੁਸ਼ ਨਹੀਂ ਹੁੰਦੇ, ਔਰ ਇੱਥੇ ਜਿਹੜਾ ਸਾਡਾ ਕਰੈਕਟਰ ਹੈ, ਪਾਤਰ ਹੈ, ਉਹ ਆਪਣੀ ਬੀਵੀ ਨੂੰ ਪੇਕੇ ਭੇਜਣਾ ਚਾਹੁੰਦਾ ਕਿ ਰੋਜ਼ਮਰ੍ਹਾ ਦੀ
ਜ਼ਿੰਦਗੀ ਦੇ ਵਿੱਚ ਇਕੱਠੇ ਰਹਿ ਰਹਿ ਕੇ ਅੱਕ ਥੱਕ ਗਏ ਨੇ, ਇਹ ਹਾਸਰਸ ਪੈਦਾ ਕਰਦੇ ਨੇ। ਸੋ ਪਿਆਰੇ ਵਿਦਿਆਰਥੀਓ, ਇਹ ਜੋ ਅਸੀਂ ਦ੍ਰਿਸ਼ ਦੇਖੇ ਨੇ, ਜੋ ਕੁਝ ਅਸੀਂ ਸੁਣਿਆ ਹੈ, ਇਹਦੇ ਆਧਾਰ 'ਤੇ ਅਸੀਂ ਹਾਸਰਸ ਦੀ ਪਰਿਭਾਸ਼ਾ ਇਸ ਤਰ੍ਹਾਂ ਕਰ ਸਕਦੇ ਹਾਂ ਕਿ ਕਿਸੇ ਰਚਨਾ ਵਿਚਲੀ ਉਲਟੀ ਪੁਲਟੀ, ਹਸਾਉਣੀ, ਟੇਢੀ ਮੇਢੀ ਵਿਸ਼ਾ ਸਮੱਗਰੀ ਨੂੰ ਪੜ੍ਹ ਸੁਣ ਜਾਂ ਦੇਖ ਕੇ ਪਾਠਕ, ਸਰੋਤੇ ਜਾਂ ਦਰਸ਼ਕ ਦੇ ਮਨ ਵਿੱਚ ਹਾਸੇ ਦੇ ਸਥਾਈ ਭਾਵ ਦੇ ਜਾਗਣ ਉਪਰੰਤ ਜਿਸ ਰਸ ਦੀ ਪ੍ਰਾਪਤੀ ਹੁੰਦੀ ਹੈ, ਉਸ ਨੂੰ ਅਸੀਂ ਹਾਸਰਸ ਕਹਿੰਦੇ ਹਾਂ। ਸੋ ਇਹ ਸੀਗੇ ਕਿ ਹਾਸਰਸ ਹੁੰਦਾ ਕੀ ਹੈ, ਹਾਸਰਸ ਦੀਆਂ ਉਦਾਹਰਨਾਂ ਅਸੀਂ ਤੁਹਾਨੂੰ ਦਿੱਤੀਆਂ। ਹੁਣ ਤੁਸੀਂ ਆਪਣਾ ਅਭਿਆਸ ਦੇ ਵਜੋਂ ਕੁਝ ਪ੍ਰਸ਼ਨ ਨੇ ਜਿਨ੍ਹਾਂ ਦੇ ਉੱਤਰ ਤੁਸੀਂ ਦੇ ਸਕਦੇ ਹੋ, ਔਰ ਉਹਦੇ ਆਧਾਰ 'ਤੇ ਤੁਸੀਂ ਹਾਸਰਸ ਕੀ ਹੁੰਦਾ ਹੈ ਉਹਨੂੰ ਸਮਝ ਸਕਦੇ ਹੋ। ਸਾਡਾ ਪਹਿਲਾ ਪ੍ਰਸ਼ਨ ਹੈ, ਹਾਸਰਸ ਦਾ ਸਥਾਈ ਭਾਵ ਕਿਹੜਾ ਹੈ? ਤੁਸੀਂ ਦੱਸ ਸਕਦੇ ਹੋ ਕਿ ਸਥਾਈ ਭਾਵ ਕਿਹੜਾ ਹੈ, ਕਿਹੜਾ ਹੁੰਦਾ ਹੈ ਬੱਚਿਓ? ਹਾਸਾ। ਸੋ ਇਸੇ ਤਰ੍ਹਾਂ ਹੀ ਦੂਸਰਾ ਪ੍ਰਸ਼ਨ ਹੈ ਸਾਡਾ ਹੇਠ ਲਿਖਿਆ, ਜੋ ਕਿਹੜਾ ਰੂਪ ਮੁੱਖ ਰੂਪ ਵਿੱਚ ਹਾਸਰਸ ਹੀ ਵਿਧਾ ਵਾਲਾ ਹੈ, ਉਹਦੇ 'ਚ ਚਾਰ ਰੂਪ ਦਿੱਤੇ ਨੇ, ਜੰਗਨਾਮਾ ਹੈ, ਕੀ ਵਾਰ ਹੈ, ਕਿੱਸਾ ਹੈ ਜਾਂ ਚੁਟਕਲੇ ਹਨ? ਸੋ ਜਵਾਬ ਕੀ ਹੈ? ਚੁਟਕਲੇ। ਇਸੇ ਤਰ੍ਹਾਂ ਸਾਡਾ ਅਗਲਾ ਪ੍ਰਸ਼ਨ ਹੈ ਕਿ ਹਾਸਰਸ ਦੀ ਪਰਿਭਾਸ਼ਾ ਦੱਸੋ। ਤੁਹਾਨੂੰ ਹੁਣੇ ਅਸੀਂ ਹਾਸਰਸ ਦੀ ਪਰਿਭਾਸ਼ਾ ਦੱਸੀ ਸੀਗੀ, ਸੋ ਉਹ ਤੁਸੀਂ ਨੋਟ ਵੀ ਕਰ ਸਕਦੇ ਹੋ, ਯਾਦ ਵੀ ਕਰ ਸਕਦੇ ਹੋ। ਇਸੇ ਤਰ੍ਹਾਂ ਸਾਡਾ ਅਗਲਾ ਅਖੀਰਲਾ ਪ੍ਰਸ਼ਨ ਹੈ ਕਿ ਹਾਸਰਸ ਦੀ ਕੋਈ ਇੱਕ ਕਾਵਿਕ ਉਦਾਹਰਨ ਦਿਓ। ਤੁਹਾਨੂੰ ਕਵਿਤਾ ਦੇ ਰੂਪ 'ਚ ਅਸੀਂ ਸੁਣਾਈ ਵੀ ਸੀ, ਕਦੇ ਤਾਂ ਪੇਕੇ ਜਾ ਨਹੀਂ ਬੇਗਮ, ਆਵੇ ਸੁੱਖ ਦਾ ਸਾਹ ਨਹੀਂ ਬੇਗਮ, ਇਕੱਠਿਆਂ ਰਹਿ ਰਹੇ ਅੱਕ ਗਿਆ ਹੁਣ, ਟੀਂਡਿਆਂ ਵਾਂਗੂ ਪੱਕ ਗਿਆ ਹੁਣ, ਆਵੇ ਸੁੱਖ ਦਾ ਸਾਹ ਨਹੀਂ ਬੇਗਮ। ਸੋ ਇਹ ਸੀ ਹਾਸਰਸ ਦੀ ਸਾਰੀ ਜਾਣਕਾਰੀ। ਆਸ ਕਰਦੇ ਹਾਂ ਕਿ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਕਿ ਹਾਸਰਸ ਕਿਹਨੂੰ ਕਹਿੰਦੇ ਹਾਂ, ਕਿੱਦਾਂ ਪੈਦਾ ਹੁੰਦਾ, ਇਸ ਤੋਂ ਪੈਦਾ ਹੋਣ ਤੋਂ ਉਪਰੰਤ ਕਿਹੜੀਆਂ ਮਨੋ ਸਰੀਰਕ ਤਬਦੀਲੀਆਂ ਆਉਂਦੀਆਂ ਨੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ।